ਇਸ ਵਕਤ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਲਗਭਗ ਆਪਾਂ ਕਿ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਇਸ ਵਕਤ ਖਨੌਰੀ ਬਾਰਡਰ ਤੇ ਪਹੁੰਚ ਚੁੱਕੇ ਆ। ਪਹਿਲਾਂ ਇਹਨਾਂ ਨੇ ਸ਼ਿੰਗੂ ਬਾਰਡਰ ਜਿਹੜਾ ਹੈਗਾ ਕਲਾਰ ਕੇ ਅੱਗੇ ਪਰੇ ਕਰਤਾ ਤੇ ਪਰ ਫਿਲਹਾਲ ਅਜੇ ਇਧਰਲੇ ਪਾਸੇ ਜਾ ਕੇ ਇਹਨਾਂ ਨੇ ਜਿਹੜਾ ਹੈਗਾ ਸ਼ਗਨ ਕਰਨਾ ਹੈ। ਪਰ ਉਧਰਲੇ ਪਾਸੇ ਵੀ ਕਹਿੰਦੇ ਗਾਂ ਵੀ ਚਾਹ ਪਾਣੀ ਪਿਆਉਣ ਵਾਸਤੇ ਜਿਹੜਾ ਅੱਗੇ ਹਰਿਆਣਾ ਪੁਲਿਸ ਖੜੀ ਹੈ ਤੇ ਕਈ ਵਾਰੀ ਪਿਆ ਵੀ ਚੁੱਕੀ ਆ, ਦੋ ਚਾਰ ਵਾਰੀ ਜਿਹੜੇ ਹੈਗੇ ਆ ਆਪਾਂ ਕਹੇ ਪਾਣੀ ਦੀਆਂ ਵਿਛਾੜਾਂ, ਬਾਕੀ ਕੈਮੀਕਲ ਵਾਲਾ ਪਾਣੀ ਉਹ ਤੋਂ ਬਿਨਾਂ ਲਗਾਤਾਰ ਆਪਾਂ ਅੱਗੇ ਕਾਫੀ ਵਾਰ ਅੱਜ ਲਗਭਗ 2 ਤੋਂ 3 ਦਰਜਨ ਜਿਹੜੇ ਹੁੰਦੇ ਆਪਣੇ ਕੀ ਹੁੰਦੇ ਆ ਅਥਰੂ ਕਹੇ ਦੇ ਗੋਲੇ ਸੁੱਟੇ ਗਏ ਆ। ਪਰ ਇਧਰਲੇ ਪਾਸੇ ਹੁਣ ਕਾਕਾ ਸਿੰਘ ਕੋਡਾ ਅਗਵਾਈ ਕਰਨਗੇ। ਕਾਕਾ ਸਿੰਘ ਕੋਡਾ ਜਿਹੜਾ ਹੈਗਾ ਇਸ ਜਗ੍ਹਾ ਅਗਵਾਈ ਕਰਦੇ ਆ। ਸ਼ੰਘੂ ਬਾਰਡਰ ਤੇ ਜਗਜੀਤ ਸਿੰਘ ਡੰਡੇ ਆ, ਸਵਰਨ ਸਿੰਘ ਪੰਧੇਰ ਉਹਨਾਂ ਤੋਂ ਬਿਨਾਂ ਅਲੱਗ ਹੋਰ ਜਿਹਦੇ, ਪਰ ਫਿਲਹਾਲ ਇਸ ਵਾਰ ਬਹੁਤ ਹੀ ਜਾਬਤੇ ਚ ਰਹਿ ਕੇ ਆਪਾਂ ਅੱਗੇ ਕਿਸਾਨ ਆਗੂ ਅੱਗੇ ਆ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਦੀ ਕਈ ਟਰਾਲੀਆਂ ਜਿਹੜੀਆਂ ਹੈਗੀਆਂ ਉਹ ਕਹਿੰਦਾ ਵੀ ਚੜਾ ਦੇਣਗੇ, ਜਿਵੇਂ ਕਹਿੰਦੇ ਹਿੱਕਾਂ ਉੱਤੇ ਚੜਦੇ ਰੇਂਜ ਬਲੇ ਲੈ ਇਧਰਲੇ ਪਾਸੇ ਕਹਿੰਦੇ ਟਰਾਲੀਆਂ ਚੜਾ ਦੇਣਗੇ। ਫਿਲਹਾਲ ਦੀ ਕੜੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਬਹੁਤ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਆਪਾਂ ਗੱਲ ਕਰੀਏ ਅੱਗੇ ਵੱਧ ਰਹੇ ਆ। ਸੋ ਅਭਿਮਨਿਓ ਕਹਾੜ ਪਹਿਲਾ ਟਰੈਕਟਰ ਆ ਜਿਹੜਾ ਹੈ ਮੁੰਡਾ ਲੈ ਕੇ ਜਾ ਰਿਹਾ। ਸ਼ਾਂਤੀਪੂਰਨ ਤਰੀਕੇ ਸਿਰ ਆਉਣਾ ਹੈ ਆਪਣੇ ਕੋਲ। ਸਾਰੇ ਕਿਸਾਨ ਵਾਲੋ ਸੇ ਆਜ ਜੋੜ ਕੇ ਪ੍ਰਾਰਥਨਾ ਹੈ ਕਿ ਪੂਰੇ ਤਰੀਕੇ ਸੇ ਸ਼ਾਂਤੀਪੂਰਨ ਰਹਿਣਾ ਹੈ ਔਰ ਹਮ ਸਰਕਾਰ ਕੋ ਕਹਿਣਾ ਚਾਹਤੇ ਹੈ ਕਿ ਆਪਣੇ ਹੱਕ ਮੰਗਣੇ ਕੇ ਲਿਏ ਦਿੱਲੀ ਜਾ ਰਹੇ ਹੋ, ਜਾਂ ਤੋ ਸਰਕਾਰ ਬੈਰੀਕੇਡ ਖੁਦ ਖੋਲ ਦੇ, ਨਹੀਂ ਤੋ ਬੈਰੀਕੇਡ ਤੋੜ ਕੇ ਜਾਉਂਗੇ। ਕੱਲ ਕੀ ਮੀਟਿੰਗ ਮੇ ਸਰਕਾਰ ਕੋ ਕਹਿਣਾ ਥਾ ਕਿ ਸਰਕਾਰ ਐਮਐਸਪੀ ਦਾ ਕਾਨੂੰਨ ਦੇਵੇ, ਸਰਕਾਰ ਕਰਜ਼ਾ ਮਾਫ਼ ਕਰ ਦੇ, ਸਰਕਾਰ ਸਵਾਮੀਨਾਥਨ ਆਯੋਗ ਦੀ ਰਿਪੋਰਟ ਲਾਗੂ ਕਰ ਦੋ। ਲੇਕਿਨ ਸਰਕਾਰ ਨੇ ਖੋਹ ਦੇ ਬੇਈਮਾਨੀ ਕੋਈ ਨਾ ਕਹਾ ਇਹ ਬਾਤਚੀਤ ਸੜਕ ਕੇ ਉੱਪਰ ਅੰਦੋਲਨ ਨਹੀਂ ਹੋਗੀ, ਕਮਰੇ ਕੇ ਅੰਦਰ ਬਾਤਚੀਤ ਨਹੀਂ ਹੋਗੀ। ਮੇਰੇ ਭਾਈਓ ਇੱਕ ਹੱਥ ਜੋੜ ਕੇ ਪ੍ਰਾਰਥਨਾ ਸਾਰੇ ਬਾਰੇ ਜਾਣ ਤੇ ਸੁਣੋ, ਭਾਈ ਦੀ ਜ਼ਿੰਦਗੀ ਹਮਾਰੇ ਲਈ ਬਹੁਤ ਕੀਮਤੀ ਹੈ, ਆਪ ਹਮਾਰੇ ਪਰਿਵਾਰ ਕਾ ਹਿੱਸਾ ਹੋ, ਉਹ ਸਾਰੇ ਭਾਈ ਵੀ ਮੇਰੇ ਪਰਿਵਾਰ ਕਾ ਹਿੱਸਾ ਹੈ। ਮੈਂ ਵੀ ਕਿਸਾਨ ਮਜ਼ਦੂਰਾਂ ਕੇ ਬਾਰਕ ਹੈ, ਆਪਾਂ ਵੀ ਕਿਸਾਨ ਮਜ਼ਦੂਰਾਂ ਕੇ ਬਾਰਕ ਹੈ, ਆਪਣੀ ਤਰਫ ਤੋਂ ਕੋਈ ਇਨਸਾਨੀ ਹੋਣੀ ਚਾਹੀਏ। ਸਭ ਤੋਂ ਪਹਿਲਾਂ ਆਪਕੀ ਲੀਡਰਸ਼ਿਪ ਅਗਰ ਹੋਏਗੀ ਉਸਕੇ ਬਾਅਦ ਆਪ ਪਿੱਛੇ ਪਿੱਛੇ ਚਲੋਗੇ, ਅਗਰ ਗੋਲੀ ਖਾਣੀ ਪੜੇਗੀ ਤਾਂ ਸਭ ਤੋਂ ਪਹਿਲਾਂ ਆਪਾਂ ਗੋਲੀ ਖਾਓਗੇ, ਕਾਕਾ ਸਿੰਘ ਕੋਟਲਾ ਗੋਲੀ ਖਾਓਗੇ, ਜੇ ਭਾਈ ਤੇ ਕਿਸੇ ਨੂੰ ਆਉਣ ਦੇਵੇ ਇੱਕ ਵਾਰ ਹੱਥ ਖੜੇ ਕਰਕੇ ਬਤਾ ਦੋ ਸ਼ਾਂਤੀਪੂਰਨ ਰੱਖੋਗੇ ਕਿ ਨਹੀਂ ਰੱਖੋਗੇ। ਮੇਰੇ ਭਾਈਓ ਅਗਰ ਸ਼ਾਂਤੀਪੂਰਨ ਰਹੇ ਤਾਂ ਮੋਰਚੇ ਕੀ ਜੀਤ ਪੱਕੀ ਹੈ। ਸਰਕਾਰ ਆਪਣੇ ਕੁਛ ਆਦਮੀ ਬੀਚ ਮੇ ਘੁਸਾ ਕੇ ਹਿੰਸਾ ਕਰਨ ਕੀ ਕੋਸ਼ਿਸ਼ ਕਰ ਸਕਤੀ ਹੈ, ਲੇਕਿਨ ਆਪਾਂ ਨੇ ਤੇ ਕਾਮੇ ਮੇ ਨਹੀਂ ਆਉਣਾ ਹੈ।
ਮੈਂ ਪ੍ਰਾਰਥਨਾ ਕਰਤਾ ਹੂੰ ਸਰਦਾਰ ਕਾਕਾ ਸਿੰਘ ਕੋਠੜਾ ਜੀ ਸੇ ਤੀਨ ਚਾਰ ਮਿੰਟ ਮੈਂ ਆਪਕੋ ਸੰਬੋਧਨ ਕਰਾਂਗੇ ਉਸਕੇ ਬਾਅਦ ਆਪਕੀ ਲੀਡਰਸ਼ਿਪ ਆਪਕੋ ਚੱਲੇਗੀ ਉਸਕੇ ਪਿੱਛੇ ਪਿੱਛੇ ਆਪਨੇ ਚੱਲਣਾ ਸਰਦਾਰ ਕਾਕਾ ਸਿੰਘ ਕੋਠੜਾ ਜੀ ਜਾਣ ਦੀ ਲੋੜ ਨੀ ਨਾ ਇਧਰ ਜਾਣ ਦੀ ਲੋੜ ਨੀ ਆਪਣੇ ਮੰਦਰ ਵਹੀਕਲਾ ਸਾਰੇ ਪਹਿਲੀ ਗੱਲ ਤਾਂ ਇਹ ਆ ਪ੍ਰਸ਼ਾਸਨ ਆਟੋਮੈਟਿਕ ਆਪਦਾ ਜਿਹੜਾ ਸਾਡਾ ਰਸਤਾ ਖੋਲ ਦੇ ਆ ਹੁਣੇ ਹੁਣੇ ਤੁਹਾਡੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾਂ ਪਈਆਂ ਨੇ ਕਿ ਕਿਸਾਨ 13 ਤਰੀਕ ਨੂੰ ਆ ਰਹੇ ਨੇ ਤੁਸੀਂ 9 ਦੇ ਰੋਡ ਬੰਦ ਕੀਤੇ ਹੋਏ ਆ ਤੁਹਾਡੀ ਥੋੜੀ ਜਿਹੀ ਜਿੱਤ ਵੱਲ ਵੱਧ ਰਹੇ ਆ ਆਪਾਂ ਜਾਲ ਤੇ ਚ ਰਹਿ ਕੇ ਅਸੀਂ ਮੂਹਰੇ ਜਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲ ਦਿਓ ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਹੋ ਕੇ ਆਪੇ ਖੋਲ ਲਾਂਗੇ ਤਾਂ ਇਸ ਕਰਕੇ ਤਾਲੀ ਜਿਹਾ ਕਰੋ ਹਮੇਸ਼ਾ ਸਰਕਾਰ ਦੀ ਕੋਚ ਹੁੰਦੀ ਆਪਾਂ ਨੂੰ ਖੰਡਾਉਣ ਦੀ ਆਪਾਂ ਖਿੰਡਣਾ ਨੀ ਜਿਹੜੇ ਆਪਣੇ ਟਰੈਕਟ ਹੈ ਉਹਨਾਂ ਨੂੰ ਮੂਹਰੇ ਲਾਵਾਂਗੇ ਟੋਚਨ ਵੀ ਹੈਗੇ ਆਪਣੇ ਕੋਲੇ ਆਪੇ ਖਿੱਚ ਕੇ ਪਰੇ ਕਰਾਂਗੇ ਪਰ ਤੁਸੀਂ ਆਪਦਾ ਜਿਹੜਾ ਆ ਸੜਕ ਨੀ ਖਾਲੀ ਕਰਨੀ ਸਾਡੇ ਤੇ ਗੋਲੀਆਂ ਮਾਰਨੀਆਂ ਲਾਠੀਆਂ ਮਾਰਨੀਆਂ ਅਸੂ ਗਏ ਸਿੱਧੇ ਸਿੱਧਲੇ ਪਰ ਅਸੀਂ ਕਹਿੰਦੇ ਹਾਂ ਹੁਣ ਵੀ ਜਿਹੜਾ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਤੇ ਕਿਸਾਨ ਕਦੇ ਗੱਲਬਾਤ ਲਈ ਭੱਜੇ ਨੀ ਸਾਡੇ ਭਾਈਏ ਫੋਟੋ ਧਰ ਦੇ ਸਾਨੂੰ ਉੱਥੇ ਨੇ ਤੇ ਤੜਕੇ ਨੇ 8 ਵਜੇ ਦੇ ਅਸੂ ਗਏ ਸਿੱਟਣ ਲੱਗੇ ਨੇ ਇਹਨੇ ਪੈਸਿਆਂ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਪਰ ਕਿਸਾਨਾਂ ਨੂੰ ਪਤਾ ਨੀ ਕੀ ਦਿਖਾਉਣਾ ਚਾਹੁੰਦੇ ਆ ਤਾਂ ਇਹ ਜਿਹੜਾ ਲੋਕਾਂ ਦਾ ਜੋਸ਼ ਲੋਕਾਂ ਦੀਆਂ ਮੰਗਾਂ ਉਹ ਜਿਹੜੇ 2020 ਤੇ ਲੱਗਿਆ ਹੋਇਆ ਮੋਰਚਾ ਅੱਜ ਜਿਹੜੇ ਲੋਕ ਖਾਸ ਕਰਕੇ ਕਾਮਰੇਡ ਵਿਚਾਰਧਾਰਾ ਦੇ ਲੋਕ ਜਿਹੜੇ ਕਹਿੰਦੇ ਸੀ ਮੁੜ ਕੇ ਨੀ ਇਕੱਠ ਹੋਣਾ ਲੋਕਾਂ ਨੇ ਦਿੱਲੀ ਨੀ ਜਾਣਾ ਇਹ ਦੇਖੋ ਭਰਾਵੋ ਰੋਡ ਪਰ ਇਵੇਂ ਦਾਦਾ ਬੀਬੀ ਮਿਲਦੇ ਇਸ ਕਰਕੇ ਕਿਸਾਨ ਆਗੂ ਸਹਿਣਾ ਚਾਹੀਦਾ ਲੋਕਾਂ ਨੂੰ ਸਿਹਤ ਠੀਕ ਚਾਹੀਦੀ ਹੈ ਮੰਗਾਂ ਹਰ ਵੇਲੇ ਮਨਾਈਆਂ ਜਾ ਸਕਦੀਆਂ ਅੱਜ ਇਲੈਕਸ਼ਨਾਂ ਦਾ ਵੇਲਾ ਮਜਬੂਰੀਆਂ ਸਰਕਾਰ ਦੀ ਕਿੰਨੀ ਮਰਜ਼ੀ ਸਾਨੂੰ ਕੁੱਟ ਲੇ ਇਸ ਕਰਕੇ ਅਸੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ ਇਧਰ ਜਾਂ ਇਧਰ ਜਾਣ ਦੀ ਲੋੜ ਨੀ ਘੰਟਾ ਦੋ ਘੰਟੇ ਛੱਡ ਲੈਂਦੇ ਜਿੰਨੇ ਅਸਰੂ ਗਏ ਸਰ ਆਪੇ ਮੁੱਕ ਜਾਣਗੇ ਆਪਾਂ ਚੱਲਾਂਗੇ ਇਵੇਂ ਨਿਕਲੀ ਗੱਲ ਧੰਨਵਾਦ ਸਿਰਫ ਦਿਮਾਗ ਤੇ ਸੰਕਲਪ ਨੀ ਜਿਹੜਾ ਉਹ ਜਾ ਰਿਹਾ ਇੱਕ ਮਿੰਟ ਮੇਰੇ ਹੁਣ ਹੀ ਦੇਖਣਾ
ਹੌਲੀ ਹੌਲੀ। ਸੋ ਪਹਿਲਾ ਟਰੈਕਟਰ ਆ ਜਿਹੜਾ ਉਹ ਜਾ ਰਿਹਾ, ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਪਹਿਲਾ ਟਰੈਕਟਰ ਤੋਂ ਬਾਅਦ ਜਿਹੜਾ ਹੈਗਾ ਫਿਲਹਾਲ ਦੀ ਘੜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਹੈਗਾ ਚੱਲੀ ਜਾਂਦਾ। ਸੋ ਇੱਧਰੋਂ ਆਪਾਂ ਗੱਲ ਕਰਕੇ ਲਗਾਤਾਰ ਲਗਭਗ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਇਸ ਵਕਤ ਪਹੁੰਚੇ ਆ, ਤੇ ਸਾਹਮਣੇ ਜਿਹੜਾ ਆਪਾਂ ਗੱਲ ਕਰਕੇ ਪੁਲਿਸ ਆ ਜਿਹੜਾ ਉਹਨਾਂ ਦੀ ਪੂਰੀ ਤਿਆਰੀ ਹੋਈ ਹੋਈ ਆ। ਫਿਲਹਾਲ ਇੱਧਰਲੇ ਪਾਸੇ ਜਿਹੜਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਚੱਲੀ ਜਾਂਦਾ। ਸੋ ਇੱਧਰੋਂ ਇੱਕ ਲੋਕ ਜਿਹੜੇ ਆਪਣੇ ਪਹੁੰਚ ਚੁੱਕੇ ਨੇ। ਲਓ ਜੀ ਇਸ ਟਾਈਮ ਇੱਥੇ ਅੱਥਰੂ ਗੈਸ ਦੇ ਗੋਲਿਆਂ ਦੇ ਵੀ ਜਿਹੜੇ ਵਹਾਅ ਹੋ ਸਕਦਾ ਜਿਹੜੇ ਲੋਕ ਆ ਜਿਹੜੇ ਇਸ ਵਕਤ ਆਪਾਂ ਗੱਲ ਕਰਦੇ ਮੂਹਰੇ ਬਾਕੀ ਉੱਥੇ ਦੇਖ ਲਾ ਆਪਣਾ ਭਰਾਵਾ। ਪਾਣੀ ਨੇ ਭਰਨੇ ਕਿੱਲੇ ਕਰ ਲਓ ਸਾਰੇ ਆ ਗਏ। ਇਸ ਵਕਤ ਜਿਹੜਾ ਆਪਾਂ ਗੱਲ ਕਰਕੇ ਬੇਰੀਅਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਪਹੁੰਚਿਆ ਨੌਜਵਾਨ ਕਿਸਾਨ ਬਹੁਤ ਹੀ ਵੱਡਾ ਆਪਾਂ ਅੱਗੇ ਗਹਿ ਗੱਜ ਹੋ ਸਕਦਾ ਇੱਥੇ ਬਹੁਤ। ਬਸ ਬਸ ਉਹ ਥੱਲੇ ਡੈਕ ਸੋ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਇਸ ਵਕਤ ਤੁਸੀਂ ਗੁਰਪ੍ਰੀਤ ਕੋਹਲੀ ਫੇਸਬੁੱਕ ਪੇਜ ਤੇ ਗੁਰਪ੍ਰੀਤ ਕੋਹਲੀ ਯੂਟਿਊਬ ਚੈਨਲ ਤੇ ਦੇਖ ਰਹੇ ਹੋ। ਹੈਗਾ ਦੇ ਦੇ ਕਸਰ ਦੇ ਹਾਂ ਕਰ ਲਾ ਲਗਾਤਾਰ ਕਿਸਾਨ ਆਗੂ ਗੱਲਬਾਤ ਜਾ ਰਹੀ ਹੈ ਦੂਸਰੇ ਪਾਸਿਓਂ। ਇਸ ਵਕਤ ਦੀਆਂ ਤਸਵੀਰਾਂ ਲਗਾਤਾਰ ਜਿਹੜਾ ਹੈਗਾ ਆਪਾਂ ਗੱਲ ਕਰਕੇ ਟਰੈਕਟਰਾਂ ਨੂੰ ਲਾਈਨ ਚ ਲਗਾ ਕੇ ਅੱਗੇ ਵਧਣ ਦੀ ਕੋਸ਼ਿਸ਼ ਆ, ਪਰ ਇੱਧਰਲੇ ਪਾਸੇ ਕਾਕਾ ਸਿੰਘ ਕੋਟ ਆਏ ਆ ਇਹਨਾਂ ਗੱਲ ਕਰ ਰਹੇ ਆ। ਠੀਕ ਹੈ, ਮਤਲਬ ਨੈਸ਼ਨਲ ਮੀਡੀਆ ਹੋ ਗਿਆ, ਇੰਟਰਨੈਸ਼ਨਲ ਮੀਡੀਆ ਲਗਾਤਾਰ ਗੱਲਬਾਤ ਜਾਰੀ ਆ, ਪਰ ਅੱਗੇ ਕਿਸਾਨ ਆਗੂ ਲੱਗਣਗੇ। ਦੇਖੇ ਜਾਓਗੇ ਤਾਂ ਹੁਣ ਸਿਰਸਾ ਸਾਹਿਬ ਉਹ ਇਸ ਵਕਤ ਨੇ, ਕਾਕਾ ਸਿੰਘ ਕੋਟਾ ਨੇ, ਉਹ ਤੋਂ ਬਿਨਾਂ ਪਿੱਛੇ ਟਰਾਲੀਆਂ ਨੇ। ਠੀਕ ਹੈ, ਤੇ ਨੌਜਵਾਨ ਜਿਹੜੇ ਹੈਗੇ ਹਜ਼ਾਰਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਨੇ।
ਸੋ ਮੈਨੂੰ ਲੱਗਦਾ ਕਿ ਇਸ ਵਾਰ ਜਿਹੜਾ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਠ ਹੈ, ਜ਼ਿਆਦਾ ਵੱਡਾ ਇਕੱਠ ਹੈ ਜੇ ਦੇਖਿਆ ਜਾਵੇ। ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਜ਼ਿਆਦਾ ਵੱਡਾ ਇਕੱਠ ਹੈ। ਆਹ ਜਿਹੜਾ ਚੀਜ਼ਾਂ ਨੂੰ ਮੇਰਾ ਹੈਗਾ ਤੁਸੀਂ ਇਸ ਵਕਤ ਜਿਹੜਾ ਹੈਗਾ ਦੇਖ ਸਕਦੇ ਹੋ। ਫਿਲਹਾਲ ਦੀ ਘੜੀ ਜੋ ਇਹ ਸੁਭਾਗ ਇੱਧਰੋਂ ਜਿਹੜਾ ਕਾਕਾ ਸਿੰਘ ਕੋਲ ਆ ਇਹ ਜਾ ਰਹੇ ਨੇ। ਫਿਲਹਾਲ ਜੇ ਦੇਖਿਆ ਜਾਵੇ ਅੱਗੇ ਦੀ ਅੱਗੇ ਜਿਹੜਾ ਹੈਗਾ ਚੀਜ਼ਾਂ ਕਵਰ ਹੋਣਗੀਆਂ। ਇੱਧਰੋਂ ਜਿਹੜਾ ਹੈਗਾ ਟਰੈਕਟਰ ਨਾਲ ਪਾਣੀ ਜਿਹੜਾ ਹੈਗਾ ਬੱਕੇ ਜਿਹੜਾ ਪੂਰੀ ਪੂਰੀ ਟੈਂਕੀ ਲੈ ਕੇ ਜਾ ਰਹੇ ਨਾਲ, ਤਾਂ ਕਿ ਜਿਹੜਾ ਹੈਗਾ ਉਹ ਪਹਿਲਾਂ ਉਧਰਲੇ ਪਾਸੋਂ ਅਟੈਕ ਹੋ ਚੁੱਕਿਆ। ਸੋ ਇਸ ਵਾਰ ਜਿਹੜਾ ਹੈਗਾ ਸਰਕਾਰ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਸ ਵਕਤ ਜਿਹੜੇ ਆਪਾਂ ਕਰਕੇ ਇਸ ਵਕਤ ਜਿਹੜੇ ਕਿਸਾਨ ਨੌਜਵਾਨ ਪਹੁੰਚੇ ਹੋਏ ਆ, ਤਾਂ ਇਹਨਾਂ ਦਾ ਜਿਹੜਾ ਹੈਗਾ ਹੋਰ ਜ਼ਿਆਦਾ ਇਸ ਵਕਤ ਬਹੁਤ ਜ਼ਿਆਦਾ ਜਾਗਰਦੇ ਅਥੂ ਗੈਸ ਦੇ ਗੋਲੇ ਪਲੱਸ ਹਾਈ ਵੋਲਟੇਜ ਆਪਾਂ ਕਹੀਏ, ਉਹਦੇ ਚੋਂ ਨੋਇਸ ਜਿਹੜੀ ਪ੍ਰੋਡਿਊਸ ਹੋ ਰਹੀ ਹੈ ਬਹੁਤ ਜ਼ਿਆਦਾ ਜਿਹੜਾ ਆਪਾਂ ਦੇਖੀਏ। ਅੱਗੋਂ ਪੁਲਿਸ ਵੱਲੋਂ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਕਿ ਹਜ਼ਾਰਾਂ ਜਾਂ ਲੱਖਾਂ ਜਾਂ ਹੋ ਸਕਦਾ ਕਿ ਇਹਨਾਂ ਦਾ ਬਹੁਤ ਜ਼ਿਆਦਾ ਆਪਾਂ ਗੱਲ ਕਰੀਏ ਹੁਣ ਇਸ ਟਾਈਮ ਦੇ ਵਿੱਚ ਬੰਦੇ ਦੇ ਅੰਦਰ ਹੋਵੇ, ਪਰ ਦੇਖਿਆ ਜਾਵੇ ਤਾਂ ਲਗਾਤਾਰ ਇਸ ਵਕਤ ਕਿਸਾਨ ਆ ਜਿਹੜੇ ਪਿੱਛੇ ਹਟ ਕੇ ਨਜ਼ਰ ਆ ਰਹੇ ਇਸ ਵਕਤ ਦੇਖੀਏ, ਤਾਂ ਦੇਖਿਆ ਜਾਵੇ ਤਾਂ ਇਸ ਵਕਤ ਉਹਨਾਂ ਨੇ ਜਿਹੜਾ ਹੈਗਾ ਦੂਸਰਾ ਅਲਟਰਨੇਟ ਜਿਹੜਾ ਇਹ ਤੋਂ ਆਪਣਾ ਡਰੋਨ ਦੇ ਥਰੂ ਹੁਣ ਉੱਤੋਂ ਵੀ ਕਿਸਾਨਾਂ ਦੇ ਅੰਦਰ ਵੀ ਡਿੱਗੇ ਜਾ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਹੈਗੇ ਆ ਗੋਲਿਆਂ ਤੇ ਇਸ ਵਕਤ ਮੀਂਹ ਭਰਾ ਦਿੱਤਾ ਗਿਆ ਹੈ। ਸੋ ਗੋਲਿਆਂ ਦਾ ਮੀਂਹ ਭਰਾ ਦਿੱਤਾ ਗਿਆ ਲਗਭਗ ਸਿੰਘੂ ਬਾਰਡਰ ਦਾ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਇਸ ਵਕਤ ਇਸ ਇੱਥੇ ਜਿਹੜਾ ਲਗਾਤਾਰ ਜਿਹੜਾ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਅੱਗੇ ਗਏ ਸੀਗੇ ਠੀਕ ਆ, ਤੇ ਉਹ ਲਗਭਗ ਉਹਨਾਂ ਵਾਪਸ ਆ ਰਹੇ ਆ। ਮਾਹੌਲ ਬਣ ਚੁੱਕਿਆ ਦਿੱਲੀ ਜਿਹੜੀ ਹੈਗੀ ਆ, ਹਜੇ ਦਿੱਲੀ ਬਹੁਤ ਜ਼ਿਆਦਾ ਦੂਰ ਹੈ, ਦਿੱਲੀ ਇੰਨਾ ਸੌਖਾ ਨਹੀਂ ਇਸ ਵਾਰ ਕਿਸਾਨਾਂ ਨੂੰ ਪਹੁੰਚਣਾ, ਕਿਉਂਕਿ ਪਿਛਲੀ ਵਾਰ ਤੁਹਾਨੂੰ ਪਤਾ ਕਿ ਸਾਰਾ ਆਪਾਂ ਕਵਰ ਕੀਤਾ ਇੰਨਾ ਜ਼ਿਆਦਾ ਮੈਨੂੰ ਲੱਗਦਾ ਸਿਰਫ ਇੱਕ ਜਗ੍ਹਾ ਤੇ ਹੋਇਆ ਸੀ ਪਿਛਲੀ ਵਾਰੀ, ਉਹ ਸੀਗਾ ਆਪਾਂ ਗੱਲ ਕਰੀਏ ਜਿਹੜਾ ਇਹਦੇ ਪਾਸੋਂ ਰਾਜਸਥਾਨ ਵਾਲੇ ਨੇ ਪਲਵਲ ਬਾਰਡਰ ਵਾਲਾ, ਉਹ ਤੋਂ ਬਿਨਾਂ ਇੰਨਾ ਕਿਤੇ ਨਹੀਂ ਹੋਇਆ ਸੀਗਾ। ਪਰ ਇਸ ਵਕਤ ਜਿਹੜਾ ਹੈਗਾ ਹਰ ਇੱਕ ਬਾਰਡਰ ਪਲਵਲ ਬਣਾ ਦਾ ਧੂੰਆਂ ਧਾਰ ਹੋ ਚੁੱਕਿਆ, ਲਗਭਗ ਪੂਰਾ ਅਸਮਾਨ ਆ ਜਿਹੜਾ ਉਹ ਧੂੰਏ ਦੇ ਲਪੇਟ ਜਾ ਚੁੱਕਿਆ। ਲੋਕ ਆਪਾਂ ਗੱਲ ਕਰੀਏ ਇਸ ਵਕਤ ਜਿਹੜਾ ਹੈਗਾ ਵਾਹਣਾਂ ਨੂੰ ਰੁੱਖ ਕਰ ਰਹੇ ਆ ਠੀਕ ਆ, ਪਰ ਇੱਕ ਗੱਲ ਹੈਗੀ ਆ ਕਿ ਕਿਸਾਨ ਆਗੂ ਉਹਦੇ ਬਹੁਤ ਡਿਪੈਂਡ ਕਰਦਾ ਕਿ ਕਿਸਾਨ ਆਗੂ ਅੱਗੇ ਜਾਣਗੇ ਜਾਂ ਨਹੀਂ ਜਾਣਗੇ, ਪਰ ਦੇਖਿਆ ਜਾਵੇ ਕਿਉਂਕਿ ਨੌਜਵਾਨ ਹੈ ਉਹ ਇੱਕੋ ਵਾਰ ਅਟੈਕ ਵੀ ਕਰਦਾ ਉਹਨਾਂ ਜਲਦੀ ਪਾਸ ਵੀ ਆ ਜਾਂਦੇ ਆ, ਪਰ ਜਿਹੜਾ ਲਗਾਤਾਰ ਕੰਸਿਸਟੈਂਟ ਰਹਿਣਾ ਉਹ ਆਗੂ ਦਾ ਕੰਮ ਹੈ ਨਾ। ਸੋ ਆਗੂ ਜਿਵੇਂ ਹੁਣ ਇਸ ਵਕਤ ਕਾਕਾ ਸਿੰਘ ਗੋਡਾ ਅਭਿਮਨਿਓ ਕਹਾੜ ਸਰਸਾ ਸਾਹਿਬ ਜਾਂ ਹੋਰ ਨੇ ਉਹ ਕਿੱਥੇ ਨੇ ਦੇਖਣਾ ਪੈਣਾ, ਪਰ ਅੱਗੇ ਉਹ ਬਿਲਕੁਲ ਖਾਲੀ ਹੋ ਚੁੱਕਿਆ ਹੈ। ਜੇ ਦੇਖਿਆ ਜਾਵੇ ਤਾਂ ਅੱਗੇ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਖਾਲੀ ਹੋ ਚੁੱਕਿਆ ਲਗਾਤਾਰ, ਦੇਖਿਆ ਜਾਵੇ ਬਹੁਤ ਜ਼ਿਆਦਾ ਇੱਕ ਟਰੈਕਟਰ ਜ਼ਰੂਰ ਖੜਾ ਹੈ, ਬਹੁਤ ਜ਼ਿਆਦਾ ਹਜੇ ਵੀ ਸੋ ਲਗਾਤਾਰ ਭਰਾ ਮੇਰੇ ਲਗਭਗ 500 ਮੀਟਰ ਦਾ ਦਾਇਰਾ ਕਹਿ ਸਕਦਾ 200 ਤੋਂ 500 ਮੀਟਰ ਦਾ ਦਾਇਰਾ ਜਿੱਥੇ ਜਿਹੜਾ ਹੈਗਾ ਬਿਲਕੁਲ ਖਾਲੀ ਹੋ ਚੁੱਕਿਆ। ਸੋ ਪਿੱਛੇ ਆ ਰਹੇ ਆ ਲਗਾਤਾਰ ਜਿਹੜੇ ਆਪਾਂ ਗੱਲ ਕਰਕੇ ਨੌਜਵਾਨ ਅੱਗੇ ਸੀਗੇ ਜਾ ਰਹੇ ਸੀਗੇ ਲਗਾਤਾਰ ਇਸ ਵਾਰ ਬਹੁਤ ਜ਼ਿਆਦਾ ਵੀਰੇ ਮਾੜਾ ਵੀਰ ਬਣ ਕੇ ਮਾੜਾ। ਸੋ ਲਗਾਤਾਰ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਅੱਗਿਓ ਬਿਲਕੁਲ ਜਿਹੜਾ ਹੈਗਾ ਖਾਲੀ ਕਰਵਾ ਲਿਆ ਜਿਹੜਾ
ਹਜੇ ਵੀ ਜਿਹੜਾ ਹੈਗਾ ਚਾਹੇ ਆਪਾਂ ਕਿ ਨੌਜਵਾਨ ਜਾਂ ਕਿਸਾਨ ਪਿੱਛੇ ਹਟ ਰਹੇ ਆ, ਲਗਾਤਾਰ ਪਿੱਛੇ ਹਟ ਰਹੇ ਆ, ਪੱਤਰਕਾਰਾਂ ਤੱਕ ਜਿਹੜਾ ਹੈਗਾ ਉਹ ਪਿੱਛੇ ਹਟ ਰਹੇ ਆ, ਪਰ ਲਗਾਤਾਰ ਤੁਸੀਂ ਦੇਖੋ ਰੇਂਜ ਵੱਧ ਰਹੀ ਹੈ। ਹੁਣ ਜਿਹੜਾ ਆਹ ਵਾਲਾ ਜਿਹੜਾ ਡਿੱਗਿਆ ਨਾ, ਇਹ ਬਹੁਤ ਅੰਦਰ ਤੱਕ ਆ ਰਿਹਾ, ਮਤਲਬ ਲਗਾਤਾਰ ਉਹਨਾਂ ਵੱਲੋਂ ਰੇਂਜ ਵਧਾ ਦਿੱਤੀ ਗਈ ਆ ਕਿ ਹੈ ਫੇਰੂ ਫੇਰੂ ਕਰਦਾ। ਪਰ ਕਈ ਵਾਰ ਇਹ ਹੁੰਦਾ ਕਿ ਜੇਕਰ ਇਹਨਾਂ ਕੋਲ ਬੋਰੀਆਂ ਹੁੰਦੀਆਂ ਤਾਂ ਹੋ ਸਕਦਾ ਕਿ ਉਹ ਚੀਜ਼ਾਂ ਨੂੰ ਇੱਕ ਕਵਰ ਕਰ ਦਿੰਦੇ ਹੁਣ, ਪਰ ਲਗਾਤਾਰ ਸੋ ਇਸ ਵਾਰ ਇਦੂ ਬਾਅਦ ਪਹਿਲਾਂ ਪੈਦਲ ਜਾਣਾ ਤਾਂ ਸੰਭਵ ਨਹੀਂ ਹੋਇਆ। ਕੀ ਹੁਣ ਟਰੈਕਟਰਾਂ ਦੇ ਕਿਸਾਨ ਜਿਹੜਾ ਹੈਗਾ ਅੱਗੇ ਜਾਣਗੇ ਜਾਂ ਨਹੀਂ ਜਾਣਗੇ ਉਹਦੇ ਬਾਰੇ ਜਿਹੜਾ ਸਮਾਂ ਦੱਸੂਗਾ, ਪਰ ਫਿਲਹਾਲ ਦੀ ਘੜੀ ਆਪਾਂ ਗੱਲ ਕਰਕੇ ਇਹ ਜਿਹੜਾ ਹੈਗਾ ਕਣਕ ਦੇ ਤੱਕ ਕਣਕਾਂ ਦੇ ਵਿੱਚ ਵੀ ਜਿਹੜਾ ਇਸ ਵਕਤ ਜਿਹੜਾ ਉਹ ਸਿੱਟੇ ਜਾ ਰਹੇ ਆ ਆਪਾਂ ਗੱਲ ਕਰਕੇ। ਸੋ ਲਗਾਤਾਰ ਆਪਾਂ ਗੱਲ ਕਰਕੇ ਤਾਂ ਜਿਹੜਾ ਰੇਂਜ ਆ ਜਿਹੜੀ ਆ ਅਥਰੂ ਗੈਸ ਦੇ ਗੋਲਿਆਂ ਦੀ ਉਹ ਵਧਾਈ ਹੋਈ ਆ। ਲਗਾਤਾਰ ਜਿਹੜਾ ਹੈਗਾ ਗੋਲਾਬਾਰੀ ਜਾਰੀ ਆ, ਲਗਭਗ ਪਿਛਲੇ 5 ਤੋਂ 7 ਮਿੰਟ ਲਗਾਤਾਰ ਹੋ ਜਦੋਂ ਦੇ ਕਾਕਾ ਸਿੰਘ ਕੋਟਾ ਨੇ ਐਲਾਨ ਕੀਤਾ ਕਿ ਅਸੀਂ ਅੱਗੇ ਜਾਵਾਂਗੇ, ਮੰਨੇ ਪਾਟ ਨੇ ਕਿਹਾ ਕਿ ਜ਼ਿਆਦਾ ਖੋਲ ਦਿਓ ਜਾਂ ਅਸੀਂ ਤੋੜ ਦਿਆਂਗੇ। ਪਰ ਫਿਲਹਾਲ ਦੀ ਵੱਡੀ ਗੱਲ ਇਹ ਆ ਕਿ ਇੱਧਰਲੇ ਪਾਸੇ ਨੂੰ ਕਿਸਾਨ ਜਾ ਰਿਹਾ, ਜਿਵੇਂ ਮੰਨ ਲਓ ਆਹ ਜਿਹੜਾ ਸਪੈਨਾ ਵਾਲਾ ਪਾਸਾ ਇੱਧਰਲਾ ਪਾਸਾ, ਇੱਧਰਲੇ ਪਾਸੇ ਨੂੰ ਕਿ ਲੋਕ ਜਿਹੜੇ ਹੈਗੇ ਆ ਵਾਹਣਾ ਵਿੱਚ ਵੀ ਜਾਣਾ ਚਾਹੁੰਦੇ ਆ, ਵਾਹਣਾ ਵਾਲੇ ਪਾਸਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਆਪਾਂ ਗੱਲ ਕਰਕੇ ਪੁਲਿਸ ਵੱਲੋਂ ਜਿਹੜਾ ਉਹਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਫਿਲਹਾਲ ਇਸ ਵਕਤ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਹੁਣ ਦਿੱਲੀ ਅਜੇ ਉਨੀ ਸੌਖਾ ਲਈ ਨਹੀਂ ਜਿਹੜੀ ਪਿਛਲੀ ਵਾਰ ਪਹੁੰਚ ਗਈ ਸੀ, ਪਰ ਇਸ ਵਾਰ ਹਰ ਇੱਕ ਬਾਰਡਰ ਨੂੰ ਦਿੱਲੀ ਦਾ ਆਪਾਂ ਕਹੀਏ ਪਲਵਲ ਵਾਲਾ ਬਾਰਡਰ ਬਣਾ ਦਿੱਤਾ ਉਹਨਾਂ ਨੇ, ਕਿ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਲੋਕਾਂ ਜੀ। ਸੋ ਲਗਾਤਾਰ ਆਪਾਂ ਗੱਲ ਕਰਕੇ ਇਸ ਵਕਤ ਦੀਆਂ ਤੁਸੀਂ ਸਿੱਧੀਆਂ ਜਿਹੜੀਆਂ ਇਸ ਵਕਤ ਗੁਰਪ੍ਰੀਤ ਕੌਰ ਲਈ ਫੇਸਬੁੱਕ ਪੇਜ ਤੇ, ਗੁਰਪ੍ਰੀਤ ਕੌਰ ਲਈ ਯੂਟਿਊਬ ਚੈਨਲ ਤੇ ਲਗਾਤਾਰ ਤੁਸੀਂ ਜਿਹੜੇ ਟਰੈਕਟਰਾਂ ਦੀ ਡਿਊਟੀ ਲੱਗੀ ਹੁਣ ਅੱਗੇ ਜਿਹੜਾ ਹੈਗਾ ਅੱਗੇ ਲੈ ਕੇ ਜਾਇਆ ਜਾਊਗਾ। ਸੋ ਚੌਂਕ ਖਾੜੇ ਨੂੰ ਇਹਨੂੰ ਚਲਦੀ ਰਾਤ ਦੀ ਸਵਿੱਚ ਬੰਦ ਕਰ ਦੇਣ। ਸੋ ਇਧਰੋਂ ਅਨਾਊਂਸਮੈਂਟ ਉਹਨਾਂ ਦੌਰ ਨਾਲ ਜਾ ਰਹੀ ਹੈ, ਠੀਕ ਆ। ਪਿਛਲੇ ਪਾਸੇ ਜੇ ਆਪਾਂ ਗੱਲ ਕਰਕੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਹੈਗਾ ਇਸ ਵਕਤ ਹਜੇ ਤੱਕ ਗੋਲਾਬਾਰੀ ਜਿਹੜੀ ਲਗਾਤਾਰ ਜਾਰੀ ਹੈ, ਠੀਕ ਹੈ, ਵੱਧ ਰਿਹਾ ਹੈਗਾ। ਸੋ ਹੁਣ ਦੇਖਦੇ ਹਾਂ ਅੱਗੇ ਦੀ ਕਿਹੜੀ ਕਾਰਵਾਈ ਹੋਏਗੀ। ਕਾਕਾ ਸਿੰਘ ਟੋਡਾ ਜੀ ਨੇ ਕਿਹਾ ਕਿ ਜਿਹੜਾ ਆਪਾਂ ਫਿਲਹਾਲ ਦੀ ਕਿਹੜੀ ਪੁਲਿਸ ਵੱਲੋਂ ਜਿਹੜਾ ਹੈਗਾ ਬਹੁਤ ਜ਼ਬਰਦਸਤ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ, ਨੌਜਵਾਨਾਂ ਨੂੰ, ਪਰ ਫਿਰ ਲਗਾਤਾਰ ਦੁਬਾਰਾ ਫਿਰ ਵੱਧ ਰਹੇ ਹੈ। ਇਧਰਲੇ ਪਾਸੋਂ ਜਿਹੜੀ ਅਨਾਊਂਸਮੈਂਟ ਵਾਲੀ ਗੱਡੀ ਕਿਹਾ ਕਿ ਟਰੈਕਟਰਾਂ ਨੂੰ ਅੱਗੇ ਤੁਰਿਆ ਜਾਵੇ, ਟਰੈਕਟਰ ਰਾਹੀਂ ਲਗਾਤਾਰ ਜੇਕਰ ਪਹੁੰਚੀ ਜਾ ਰਹੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ। ਬਹੁਤ ਮੈਂ ਕਹਿੰਦਾ ਵੀ ਇਸ ਵਕਤ ਜਿਹੜਾ ਹੈਗਾ ਜਿਵੇਂ 9 ਲਹਿਰਾਂ ਲੱਗੀਆਂ ਹੋਈਆਂ, ਆਪਾਂ ਗੱਲ ਕਰੀਏ ਸਿੰਘੂ ਦੀਆਂ 3 ਲਹਿਰਾਂ ਕਿਸਾਨਾਂ ਨੇ ਜਿਵੇਂ ਕਾਕਾ ਸਿੰਘ ਕੋਟਾ ਨੇ ਜਾਣਕਾਰੀ 3 ਲਹਿਰਾਂ ਜਿਹੜੀਆਂ ਤੋੜ ਕੇ ਅੱਗੇ ਚਲੇ ਗਏ ਆ, ਪਰ ਹਜੇ ਵੀ 6 ਬਾਕੀ ਆ, ਮਤਲਬ ਸਿੰਘੂ ਦਾ ਵੀ ਹਜੇ ਤੀਜਾ ਹਿੱਸਾ ਟੁੱਟਿਆ। ਇੱਧਰਲੇ ਪਾਸੇ ਦੇਖਿਆ ਜਾਵੇ ਤਾਂ ਇੱਥੋਂ ਦੀਆਂ ਲਹਿਰਾਂ ਬਾਰੇ ਤਾਂ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਇੰਨਾ ਜ਼ਰੂਰ ਕਹਿ ਸਕਦਾ ਕਿ ਮਜ਼ਬੂਤ ਹੈ। ਜਿਸ ਤਰ੍ਹਾਂ ਇੱਥੇ ਧਾਰਾ 144 ਲਗਾਈ ਗਈ ਸੀਗੀ, ਠੀਕ ਆ, 4 ਬੰਦੇ ਤੋਂ ਵੱਧ ਇਕੱਠੇ ਨਾ ਹੋਣ ਦਾ ਜਿਹੜਾ ਹੈਗਾ ਹੁਕਮ ਜਾਰੀ ਕੀਤਾ ਹੋਇਆ ਸੀਗਾ, ਠੀਕ ਆ। ਲਗਾਤਾਰ ਹਰਿਆਣੇ ਦੇ ਲੋਕ ਆ ਜਿਹੜੇ ਉਹ ਅਜੇ ਆਪਾਂ ਪਿਛਲੀ ਵਾਰ ਤੁਹਾਨੂੰ ਇੱਥੇ ਲਾਈਵ ਕੀਤਾ ਜੋ 2020 ਦੇ ਵਿੱਚ ਅੰਦੋਲਨ ਹੋਇਆ ਤਾਂ ਤੁਸੀਂ ਦੇਖਿਆ ਸੀਗਾ ਕਿ ਟਰੈਕਟਰ ਟਾਲੀਆਂ ਹਰਿਆਣੇ ਵਾਲੇ ਪਾਸੋਂ ਬਹੁਤ ਆਏ ਸੀ, ਜਿਨ੍ਹਾਂ ਨੇ ਉਹ ਚੀਜ਼ਾਂ ਤੋੜੀਆਂ ਸੀ, ਪਰ ਧਾਰਾ 144 ਕਰਕੇ ਨੈੱਟ ਬੰਦ ਹੋਣ ਕਰਕੇ ਤੇ ਇਸ ਵਾਰ ਸਰਕਾਰ ਦੀ ਸਖਤੀ ਹੋਣ ਕਰਕੇ ਹਜੇ ਤੱਕ ਹਰਿਆਣੇ ਵਾਲੇ ਪਾਸੇ ਦੇ ਲੋਕ ਆਏ ਉਹ ਤੁਰ ਕੇ ਇਹਨਾਂ ਬਾਹਣਾ ਦੇ ਵਿੱਚ ਦੀ ਆ ਕੇ ਉਹ ਇੱਧਰ ਹੀ ਆਏ ਹੋਏ ਆ। ਹਜੇ ਤੱਕ ਜਿਹੜਾ ਹੈਗਾ ਇਹ ਲਗਾਤਾਰ
ਬੰਬਾਰੀ ਆ ਜਿਹੜੀ ਬਾਂਦਰਾਂ ਦੀ, ਹੁਣ ਮੈਂ ਬੰਬਾਰੀ ਕਹਿ ਸਕਦਾ ਇਹਨੂੰ ਅਥਰੂ ਗੈਸ ਨਾਲੋਂ, ਕਿ ਲਗਾਤਾਰ ਧੂੰਆਂਧਾਰ ਕੀਤਾ ਹੋਇਆ, ਪਰ ਫਿਲਹਾਲ ਇਸ ਵਕਤ ਟਰੈਕਟਰ ਦੇ ਸੈਲਫ ਮਾਰੀ ਹੈ। ਸੋ ਇਸ ਵਕਤ ਦੇਖਦੇ ਹਾਂ ਕਿ ਇਹ ਜਿਹੜਾ ਹੈਗਾ ਅੱਗੇ ਜਾਣਗੇ ਜਾਂ ਨਹੀਂ ਜਾਣਗੇ, ਕਿਉਂਕਿ ਇਹਦੇ ਅੱਗੇ ਜਿਹੜਾ ਹੈਗਾ ਆਪਾਂ ਗੱਲ ਕਰੀਏ ਬਹੁਤ ਵੱਡਾ, ਜਿੱਥੇ ਮੁੰਡਾ ਡੇਲੀ ਪੋਸਟ ਵਾਲਾ ਕਵਰ ਕਰ ਰਿਹਾ, ਜਿਹੜਾ ਤੁਹਾਨੂੰ ਵਿਜ਼ੂਅਲ ਪਿਕਚਰਾਂ ਦੇ ਰਿਹਾ, ਠੀਕ ਆ, ਤਾਂ ਇਹਦੇ ਇਹਨਾਂ ਦੇ ਅੱਗੇ ਜਿਹੜਾ ਆਪਾਂ ਕਹਿ ਕੇ ਬੰਪਰ ਆ ਇਹ ਲਾਇਆ ਹੋਇਆ, ਪਰ ਇਹ ਬੰਪਰ ਉਹਨਾਂ ਦਾ ਮੁਕਾਬਲਾ ਕਰੂ ਜਾਂ ਨਹੀਂ ਕਰੂ ਤਾਂ ਸਮਾਂ ਦੱਸੂਗਾ। ਪਰ ਫਿਲਹਾਲ ਦੀ ਕਰੀ ਆ ਕਿ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਦਿੱਤੀ ਹੋਈ, ਕੋਈ ਢਿੱਲ ਨਹੀਂ, ਤਿੰਨ ਦਿਨਾਂ ਦੇ ਵਿੱਚ ਦੋ ਵਾਰੀ ਵਾਰਤਾ ਟੁੱਟੀ ਹੈ, ਠੀਕ ਆ, ਹਜੇ ਤੱਕ ਵੀ ਸਰਕਾਰ ਕਰੇ ਕਿ ਅਸੀਂ ਗੱਲਬਾਤ ਵਾਸਤੇ ਰਾਜ਼ੀ ਹਾਂ। ਚਾਰ ਮੰਗਾਂ ਕਿਸਾਨਾਂ ਦੇ ਉੱਤੇ ਸਹਿਮਤੀ ਬਣੀ ਸੀ, ਜਿਨ੍ਹਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਪਰਾਲੀ ਐਕਟ, ਦੂਸਰਾ ਚਿੱਪਾਂ ਵਾਲੇ ਮੀਟਰ, ਤੀਸਰਾ ਜਿਹੜਾ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਆਪਾਂ ਕਹੀਏ ਜਿਨ੍ਹਾਂ ਦੇ ਜਿਹੜੇ ਮਦਈ ਆ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਹੋਈ ਆ, ਤੇ ਚੌਥੀ ਇੱਕ ਗੱਲ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਜਾਣਕਾਰੀ ਲੈ ਕੇ ਦੱਸ ਦੂੰ ਕਿੱਥੋਂ ਇਹ। ਪਰ ਜਿਹੜੀਆਂ ਮੇਨ ਮੰਗਾਂ ਸੀਗੀਆਂ, ਜਿਹਦੇ 'ਚ MSP ਦੀ ਗੱਲ ਸੀਗੀ, ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਸੀਗੀ, ਉਹਨਾਂ ਦੇ ਤਾਂ ਜਿਹੜੇ ਹੈਗੇ ਤਿੰਨੇ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਨੇ ਕਹਿਤਾ ਕਿ ਅਸੀਂ ਜਿਹੜਾ ਹਜੇ ਇਹਨਾਂ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਤਾਂ ਉਦੋਂ ਬਾਅਦ ਜੂਨੀਅਰ ਨੇ ਕਿਹਾ ਕਿ ਜੇ ਤੁਸੀਂ ਇਹਨਾਂ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਤਾਂ ਅਸੀਂ ਆਪਣਾ ਫੈਸਲਾ ਵਾਪਸ ਨਹੀਂ ਲੈ ਸਕਦੇ। ਪਰ ਫਿਲਹਾਲ ਇੱਥੇ ਬੜੇ ਹੀ ਆਪਾਂ ਕਿ ਸਖ਼ਤ ਸ਼ਬਦਾਂ ਦੇ ਵਿੱਚ ਅਭਿਮਨਿਊ ਕਹਾੜ ਨੇ ਚੇਤਾਵਨੀ ਦਿੱਤੀ ਕਾਕਾ ਸਿੰਘ ਕੋਟ ਨੇ ਕਿ ਅਸੀਂ ਘਰੋਂ ਕਹਿ ਕੇ ਆਏ ਹਾਂ, ਨੌਜਵਾਨਾਂ ਨੂੰ ਇੱਥੇ ਸਟੇਜਾਂ ਚਲਾ ਕੇ ਅਸੀਂ ਵਾਪਸ ਨਹੀਂ ਲੈ ਕੇ ਜਾਵਾਂਗੇ, ਅਸੀਂ ਕਿਹਾ ਤਾਂ ਅਸੀਂ ਪਗਾਵਾਂਗੇ। ਫਿਲਹਾਲ ਦੀ ਕੜੀ ਕੀ ਰਣਨੀਤੀ ਰਹਿੰਦੀ ਆ, ਪਰ ਇੱਕ ਟਰੈਕਟਰ ਜਿਹੜਾ ਹੈਗਾ ਉੱਥੇ ਪਹੁੰਚ ਚੁੱਕਿਆ ਲਗਾਤਾਰ, ਉਹ ਪਾਣੀ ਜਿਹੜਾ ਹੈਗਾ ਉਹ ਟਰੈਕਟਰ ਜਿਹੜਾ ਹਜੇ ਤੱਕ ਉੱਥੋਂ ਨਹੀਂ ਹੱਲਿਆ। ਪਰ ਫਿਲਹਾਲ ਬਹੁਤ ਵੱਡਾ ਆਪਾਂ ਗੱਲ ਕਰੀਏ ਕਾਫਲਾ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਕਿਸਾਨ, ਹਜ਼ਾਰਾਂ ਟਰਾਲੀਆਂ, ਪਰ ਮੈਨੂੰ ਲੱਗਦਾ ਇੱਧਰੋਂ ਜਿਹੜਾ ਹੈਗਾ ਜੈਕਾਰਾ ਲਾ ਕੇ ਇਹ ਟਰੈਕਟਰ ਵਾਲਿਆਂ ਨੇ ਪਿੰਡ ਚੱਕ ਮਿਸਰੀ ਖਾਂ ਬਲਾਕ ਚੁਗਾਵਾਂ ਜ਼ਿਲ੍ਹਾ ਅੰਮ੍ਰਿਤਸਰ, ਇਹਨਾਂ ਨੇ ਮਤਲਬ ਸੈਲਫ ਮਾਰ ਲਈ ਆ। ਹੁਣ ਪਤਾ ਲੱਗੂਗਾ ਅੱਗੇ ਜਾ ਕੇ ਜੇਕਰ ਟਰੈਕਟਰਾਂ ਨੂੰ, ਕਿਉਂਕਿ ਜੇਕਰ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਉੱਤੇ ਜਿਹੜਾ ਮੋਮੀ ਕਾਗਜ਼ ਪਾਇਆ ਉਹਨੂੰ ਅੱਗ ਲੱਗ ਸਕਦੀ ਆ, ਉਹਦੇ ਅੰਦਰ ਗੈਸ ਸਿਲੰਡਰ ਪਏ ਹੁੰਦੇ ਆ, ਤਾਂ ਨੁਕਸਾਨ ਵੀ ਹੋ ਸਕਦਾ, ਆਪਾਂ ਗੱਲ ਕਰੀਏ ਇਹਨਾਂ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਪਰ ਦੇਖਿਆ ਜਾਵੇ ਤਾਂ ਟਰੈਕਟਰ ਦੇ ਅੰਦਰ, ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਟਰਾਲੀ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਆ, ਸ਼ਾਇਦ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਬਾਹਰ ਆ ਜਾਓ, ਕਿਉਂਕਿ ਜੇਕਰ ਉੱਪਰ ਇਹਦੇ ਅਥਰੂ ਗੈਸ ਦਾ ਗੋਲਾ ਡਿੱਗਦਾ ਤਾਂ ਅੱਗ ਲੱਗਣ ਦਾ ਜਿਹੜਾ ਹੈਗਾ ਖਤਰਾ ਲਗਾਤਾਰ ਬਣਿਆ ਰਹਿੰਦਾ। ਸੋ ਇਹ ਚੀਜ਼ਾਂ ਨੂੰ ਵੀ ਸਮਝਣਾ ਚਾਹੀਦਾ, ਸੋ ਜੋਸ਼ ਦੇ ਨਾਲ ਹੋਸ ਨੂੰ ਵੀ ਜਿਹੜਾ ਹੈਗਾ ਕੰਮ ਲੈਣਾ ਪਊਗਾ। ਸਹੀ ਗੱਲ ਆ, ਉਹ ਜਿਹੜੀ ਗੱਲ ਦਾ ਚਿੰਤਾ ਪ੍ਰਗਟਾ ਰਿਹਾ ਸੀ, ਸ਼ਾਇਦ ਮੈਨੂੰ ਲੱਗਦਾ ਕਿ ਸ਼ਾਇਦ ਉਹਦੇ 'ਚੋਂ ਆਪਾਂ ਗੱਲ ਕਰੀਏ ਬਜ਼ੁਰਗਾਂ ਨੂੰ ਬਾਹਰ ਕੱਢਿਆ, ਪਰ ਇੱਧਰੋਂ ਮੂੰਹ ਉਹਦੇ ਉੱਤੇ ਜਿਹੜਾ ਹੈਗਾ ਆਪਾਂ ਗੱਲ ਕਰੀਏ ਪਰਨੇ ਬੰਨ੍ਹ ਕੇ ਮੂੰਹ ਸਿਰ ਢੱਕ ਕੇ, ਇਸ ਵਕਤ ਇਹਦੇ ਤਿੰਨ ਟਰਾਲੀਆਂ ਜਿਹੜੀਆਂ ਆਈਆਂ ਲਗਭਗ ਅੰਮ੍ਰਿਤਸਰ ਬਲੋਕ ਦੀਆਂ ਜਾ ਰਹੀਆਂ ਸਾਹਮਣੇ ਕਵਰ ਕਰ ਰਿਹਾ ਇਹਨਾਂ ਫੜ ਕੇ ਰੱਖੀ ਕੱਪੜੇ ਦੇ ਨਾਲ।